ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਬਿਗ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਆ ਹੁਣੇ ਹੁਣੇ ਕਿਸਾਨਾਂ ਤੇ ਆਈ ਵੱਡੀ ਮੁਸੀਬਤ ਹੁਣ ਤਾਂ ਰੱਬ ਹੀ ਰਾਖਾ ਸੋ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸੂਬੇ ਪੰਜਾਬ ਦੇ ਲੋਕਾਂ ਦੇ ਨਾਲ ਸਾਂਝਾ ਜਰੂਰ ਕਰਿਓ ਤਾਂ ਜੋ ਹਰ ਇੱਕ ਪੰਜਾਬ ਵਾਸੀ ਨੂੰ ਲੇਟੈਸਟ ਅਪਡੇਟ ਤਾਜ਼ਾ ਜਾਣਕਾਰੀ ਕਿਸਾਨਾਂ ਤੇ ਜਿਹੜੀ ਵੱਡੀ ਮੁਸੀਬਤ ਆ ਗਈ ਹੈ ਉਸ ਦਾ ਪਤਾ ਲੱਗ ਸਕੇ ਤੇ ਆਪਣੇ ਵਿਚਾਰ ਤੁਸੀਂ ਕਮੈਂਟ ਸੈਕਸ਼ਨ ਚ ਰੱਖ ਸਕਦੇ ਹੋ ਦਿੱਲੀ ਦੇ ਵਿੱਚ ਕਿਸਾਨ ਆંદੋਲਨ ਲਗਾਤਾਰ ਜਾਰੀ ਆ ਦੇਸ਼ ਭਰ ਦੇ ਕਿਸਾਨ ਦਿੱਲੀ ਇਕੱਠੇ ਹੋ ਰਹੇ ਹਨ ਤੇ ਸਰਕਾਰ ਦੇ ਕੋਲੋਂ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ ਇਸ ਦੌਰਾਨ ਦਿੱਲੀ ਕਿਸਾਨਾਂ ਦਾ ਸਾਥ ਦੇ ਰਹੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਿਖਾਇਆ ਕਿ ਦਿੱਲੀ ਦੇ ਵਿੱਚ ਭਾਰੀ ਮੀਂਹ ਪੈਣ ਦੇ ਨਾਲ ਕਿਸਾਨਾਂ ਦਾ ਸਾਰਾ ਸਮਾਨ ਗਿੱਲਾ ਹੋ ਚੁੱਕਾ ਹੈ ਆਸੇ-ਪਾਸੇ ਪਾਣੀ ਖੜ੍ਹਾ ਚੁੱਕਿਆ ਹੈ ਤੇ ਵੱਡੀ ਤਾਦਾਦ ਦੇ ਵਿੱਚ ਕਿਸਾਨਾਂ ਕੋਲੇ ਤਰਪਾਲ ਲੈਣ ਆ ਰਹੇ ਹਨ ਜਦਕਿ ਉਹਨਾਂ ਕੋਲੇ ਤਰਪਾਲਾਂ ਦੀ ਕਮੀ ਹੈ ਜਿਸ ਲਈ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕੀ ਵੱਧ ਤੋਂ ਵੱਧ ਦਿੱਲੀ ਤਰਪਾਲਾ ਪਹੁੰਚਾਈਆਂ ਜਾਣ ਉਹਨਾਂ ਨੇ ਆਖਿਆ ਜੋ ਤਰਪਾਲ ਜਾਂ ਤੰਬੂ ਹੁਣ ਤੱਕ ਲੱਗੇ ਸਨ ਉਹ ਸਾਰੇ ਲੀਕ ਹੋਣ ਲੱਗ ਪਏ ਹਨ ਹੁਣ ਤਰਪਾਲਾਂ ਦਾ ਲੋਕਲ ਆਰਡਰ ਵੀ ਦਿੱਤਾ ਗਿਆ ਹੈ ਜੋ ਕਿ ਜਲਦੀ ਹੀ ਉਹਨਾਂ ਦੇ ਕੋਲੇ ਪਹੁੰਚਦੀਆਂ ਹੋ ਜਾਣਗੀਆਂ ਉਹਨਾਂ ਨੇ ਦੱਸਿਆ ਕਿ ਮੀਂਹ ਦੇ ਬਾਵਜੂਦ ਸੰਗਤ ਦੇ ਵਿੱਚ ਕੋਈ ਕਮੀ ਨਹੀਂ ਆਈ ਜਿਵੇਂ ਹੀ ਮੀਂਹ ਕਟਿਆ ਤਾਂ ਸੰਗਤ ਫਿਰ ਤੋਂ ਸੜਕਾਂ ਤੇ ਨਿਕਲ ਆਈ ਹੈ ਸੋ ਦੋਸਤੋ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬੈਠੇ ਹੋਏ ਦਿੱਲੀ ਕਿਸਾਨਾਂ ਨੂੰ ਤਰਪਾਲਾ ਵੱਧ ਤੋਂ ਵੱਧ ਪਹੁੰਚਾਈਆਂ ਜਾ ਸਕਣ ਸੋ ਸਮਾਜ ਸੇਵੀ ਗੁਰਪ੍ਰੀਤ ਬਾਈ ਨੇ ਜੋ ਵੱਡੇ ਬਾਈ ਨੇ ਉਹਨਾਂ ਨੇ ਲਾਈਵ ਹੋ ਕੇ ਦਿਖਾਇਆ ਕਿ ਦਿੱਲੀ ਦੇ ਵਿੱਚ ਬਹੁਤ ਸਾਰਾ ਭਾਰੀ ਮੀਂਹ ਪਿਆ ਹੈ ਕਿਸਾਨਾਂ ਦੇ ਹਰ ਇੱਕ ਜਗ੍ਹਾ ਤੇ ਪਾਣੀ ਵੜ ਚੁੱਕਾ ਹੈ ਤੰਬੂਆਂ ਦੇ ਵਿੱਚ ਵੀ ਪਾਣੀ ਬਹੁਤ ਸਾਰਾ ਵੜ ਚੁੱਕਾ ਹੈ ਕਿਉਂਕਿ ਬੜਾ ਭਾਰੀ ਮੀਂਹ ਪਿਆ ਜਿਵੇਂ ਤੁਹਾਨੂੰ ਆਪਾਂ ਮੌਸਮ ਵਾਲੀ ਵੀਡੀਓ ਚ ਦੱਸਿਆ ਸੀ ਉਸ ਦਾ ਲਿੰਕ ਵੀ ਉੱਪਰ ਆਈ ਬਟਨ ਦੇ ਦਿੱਤਾ ਹੋਇਆ ਹੈ ਮੌਸਮ ਵਾਲੀ ਵੀਡੀਓ ਵੀ ਜ਼ਰੂਰ ਦੇਖਿਓ ਵੱਡੀ ਤਦਾਦ ਦੇ ਵਿੱਚ ਤਰਪਾਲਾ ਲੈਣ ਵਾਸਤੇ ਕਿਸਾਨ ਇੱਧਰ ਉੱਧਰ ਜਾ ਰਹੇ ਹਨ ਸੋ ਤਰਪਾਲਾ ਜਿਹੜੀਆਂ ਪੰਜਾਬ ਤੋਂ ਵੱਧ ਤੋਂ ਵੱਧ ਉੱਥੇ ਪਹੁੰਚਾਈਆਂ ਜਾਣ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਜੀ ਲੋਕਲ ਆਰਡਰ ਵੀ ਦਿੱਤੇ ਗਏ ਨੇ ਜਿਹੜੀਆਂ ਤਰਪਾਲਾ ਉਹਨਾਂ ਦੇ ਕੋਲ ਬਲ ਬਹੁਤ ਹੀ ਜਲਦੀ ਪਹੁੰਚ ਜਾਣੀਆਂ ਸੋ ਦੋਸਤੋ ਉਹਨਾਂ ਨੇ ਕਿਹਾ ਜੀ ਸੰਗਤ ਦੇ ਜੋਸ਼ ਦੇ ਵਿੱਚ ਮੀਂਹ ਵੀ ਕੋਈ ਕਮੀ ਨਹੀਂ ਲਿਆ ਸਕਿਆ ਜਿੱਦਾਂ ਹੀ ਮੀਂਹ ਰੁਕਦਾ ਸੰਗਤ ਫਿਰ ਵਾਪਸ ਸੜਕਾਂ ਤੇ ਆ ਜਾਂਦੀ ਆ ਵਾਪਸ ਆਪਣੇ ਟਿਕਾਣਿਆਂ ਤੇ ਆ ਜਾਂਦੀ ਆ ਜਦੋਂ ਮੀਂਹ ਤੇਜ਼ ਹੋ ਜਾਂਦਾ ਤਾਂ ਸੰਗਤ ਵਾਪਸ ਆਪਣੇ ਤੰਬੂਆਂ ਦੇ ਵਿੱਚ ਵੜ ਜਾਂਦੀ ਆ ਪਰ ਜ਼ਿਆਦਾ ਦਿਨ ਲੱਗੇ ਹੋਣ ਦੇ ਕਾਰਨ ਤੰਬੂ ਕਾਫੀ ਲੀਕ ਹੋ ਚੁੱਕੇ ਨੇ ਤੇ ਭਾਰੀ ਮੀਂਹ ਦੇ ਕਾਰਨ ਪਾਣੀ ਦਾ ਜਿਹੜਾ ਨਿਕਾਸ ਨਾ ਹੋਣ ਦੇ ਕਾਰਨ ਉਹਨਾਂ ਨੂੰ ਉੱਥੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ